ਮੈਨੂੰ ਭਗਵੰਤਪੁਰਾ ਤੋਂ ਬਹੁਤ ਐਕਸਪੈਕਟੇਸ਼ਨਸ ਨੇ, ਬਹੁਤ ਜ਼ਿਆਦਾ, ਕਿਉਂਕਿ ਮੈਂ ਨਿੱਜੀ ਤੌਰ 'ਤੇ ਜ਼ਿੰਦਗੀ ਦਾ ਇੱਕ ਦੋਸਤਾਂ ਵਾਂਗ ਜਿਹੜੇ ਅਸੀਂ 15-16 ਸਾਲ ਕੰਮ ਕੀਤਾ ਇਕੱਠੇ, ਦਿਨ ਰਾਤ ਇਕੱਠੇ ਰਹੇ ਹਾਂ। ਇਹ ਹੈ ਕਿ ਭਗਵੰਤ ਮਾਨ ਦੀ ਨੀਅਤ ਬਹੁਤ ਅੱਛੀ ਹੈ, ਇਹ ਚੀਜ਼ ਮੈਨੂੰ ਪੱਕਾ ਯਕੀਨ ਹੈ ਕਿ ਉਹ ਕੁਛ ਅੱਛਾ ਕਰਨਾ ਚਾਹੁੰਦੇ ਆ ਪੰਜਾਬ ਲਈ। ਅਤੇ ਕਮ ਸੇ ਕਮ 6 ਮਹੀਨੇ ਸਾਲ ਤਾਂ ਦੇਣਾ ਹੀ ਬਣਦਾ ਜੀ। ਮੈਨੂੰ ਭਗਵੰਤਪੁਰਾ ਤੋਂ ਬਹੁਤ ਐਕਸਪੈਕਟੇਸ਼ਨਸ ਨੇ, ਬਹੁਤ ਜ਼ਿਆਦਾ, ਕਿਉਂਕਿ ਮੈਂ ਨਿੱਜੀ ਤੌਰ 'ਤੇ ਜ਼ਿੰਦਗੀ ਦਾ ਇੱਕ ਦੋਸਤਾਂ ਵਾਂਗ ਜਿਹੜੇ ਅਸੀਂ 15-16 ਸਾਲ ਕੰਮ ਕੀਤਾ ਇਕੱਠੇ, ਦਿਨ ਰਾਤ ਇਕੱਠੇ ਰਹੇ ਹਾਂ, ਦੁਨੀਆ ਟਰੈਵਲ ਕੀਤੀ ਇਕੱਠਿਆਂ ਨੇ ਅਸੀਂ ਸ਼ੋਜ਼ ਲਈ। ਅਤੇ ਬਟ ਇੱਕ ਗੱਲ ਮੈਨੂੰ ਇਹ ਤਾਂ ਪਤਾ ਨਹੀਂ ਕਿ ਦੇਖੋ ਉਹ ਕੁਰਸੀ 'ਤੇ ਜਦੋਂ ਬੰਦਾ ਬਹਿੰਦਾ ਉੱਥੋਂ ਬੈਠ ਕੇ ਦੁਨੀਆ ਕਿਸ ਤਰ੍ਹਾਂ ਦੀ ਹੈ, ਕੀ ਹਾਲਾਤ, ਵਟ ਇਜ਼ ਅਵੇਲੇਬਲ ਟੂ ਹਿਮ, ਕੀ ਸੋਰਸਿਸ, ਕੀ ਰਿਸੋਰਸਿਸ ਹਨ। ਬਟ ਇਹ ਹੈ ਕਿ ਭਗਵੰਤ ਮਾਨ ਦੀ ਨੀਅਤ ਬਹੁਤ ਅੱਛੀ ਹੈ, ਐਂਡ ਇਹ ਚੀਜ਼ ਮੈਨੂੰ ਪੱਕਾ ਯਕੀਨ ਹੈ ਕਿ ਉਹ ਕੁਛ ਅੱਛਾ ਕਰਨਾ ਚਾਹੁੰਦੇ ਆ ਪੰਜਾਬ ਲਈ। ਹਾਓ ਲੌਂਗ ਇਟ ਟੇਕਸ, ਉਹ ਕੋਈ ਨਹੀਂ ਕਿ 6 ਕਮ ਸੇ ਕਮ 6 ਮਹੀਨੇ ਸਾਲ ਤਾਂ ਦੇਣਾ ਹੀ ਬਣਦਾ ਜੀ, ਉਦੋਂ ਬਾਅਦ ਦੇਖਿਆ ਜਾਓ ਫਿਰ। ਬਹੁਤ ਮਿੱਤਰ ਭਗਵੰਤ ਮਾਨ ਜੀ ਹੁਣ ਸੀਐਮ ਬਣ ਗਏ ਨੇ, ਉਹਨਾਂ ਦੇ ਥਰੂ ਕੀ ਅਪੀਲ ਕਰਨਾ ਚਾਹੋਗੇ ਜਾਂ ਕੀ ਤੁਹਾਨੂੰ ਡਿਮਾਂਡ ਹੈ ਜਾਂ ਕੀ ਐਕਸਪੈਕਟੇਸ਼ਨਸ ਆ ਉਹਨਾਂ ਤੋਂ? ਮੈਨੂੰ ਭਗਵੰਤਪੁਰਾ ਤੋਂ ਬਹੁਤ ਐਕਸਪੈਕਟੇਸ਼ਨਸ ਨੇ, ਬਹੁਤ ਜ਼ਿਆਦਾ, ਕਿਉਂਕਿ ਮੈਂ ਨਿੱਜੀ ਤੌਰ 'ਤੇ ਜ਼ਿੰਦਗੀ ਦਾ ਇੱਕ ਦੋਸਤਾਂ ਵਾਂਗ ਜਿਹੜੇ ਅਸੀਂ 15-16 ਸਾਲ ਕੰਮ ਕੀਤਾ ਇਕੱਠੇ, ਦਿਨ ਰਾਤ ਇਕੱਠੇ ਰਹੇ ਹਾਂ, ਦੁਨੀਆ ਟਰੈਵਲ ਕੀਤੀ ਇਕੱਠਿਆਂ ਨੇ ਅਸੀਂ ਸ਼ੋਜ਼ ਲਈ। ਅਤੇ ਬਟ ਇੱਕ ਗੱਲ ਮੈਨੂੰ ਇਹ ਤਾਂ ਪਤਾ ਨਹੀਂ ਕਿ ਦੇਖੋ ਉਹ ਕੁਰਸੀ 'ਤੇ ਜਦੋਂ ਬੰਦਾ ਬਹਿੰਦਾ ਉੱਥੋਂ ਬੈਠ ਕੇ ਦੁਨੀਆ ਕਿਸ ਤਰ੍ਹਾਂ ਦੀ ਹੈ, ਕੀ ਹਾਲਾਤ, ਵਟ ਇਜ਼ ਅਵੇਲੇਬਲ ਟੂ ਹਿਮ, ਕੀ ਸੋਰਸਿਸ, ਕੀ ਰਿਸੋਰਸਿਸ ਹਨ। ਬਟ ਇਹ ਹੈ ਕਿ ਭਗਵੰਤ ਮਾਨ ਦੀ ਨੀਅਤ ਬਹੁਤ ਅੱਛੀ ਹੈ, ਐਂਡ ਇਹ ਚੀਜ਼ ਮੈਨੂੰ ਪੱਕਾ ਯਕੀਨ ਹੈ ਕਿ ਉਹ ਕੁਛ ਅੱਛਾ ਕਰਨਾ ਚਾਹੁੰਦੇ ਆ ਪੰਜਾਬ ਲਈ। ਹਾਓ ਲੌਂਗ ਇਟ ਟੇਕਸ, ਉਹ ਕੋਈ ਨਹੀਂ ਕਿ 6 ਕਮ ਸੇ ਕਮ 6 ਮਹੀਨੇ ਸਾਲ ਤਾਂ ਦੇਣਾ ਹੀ ਬਣਦਾ ਜੀ, ਉਦੋਂ ਬਾਅਦ ਦੇਖਿਆ ਜਾਓ ਫਿਰ। ਬਾਬਾ ਯਾਮੀਨ ਬੰਗਾਲੀ, ਪੰਜਾਬ ਦੇ ਨੰਬਰ 1 ਤਾਂਤਰਿਕ ਗੋਲਡ ਮੈਡਲਿਸਟ, ਬੰਗਾਲ ਤੋਂ ਸਿੱਧੀ ਪ੍ਰਾਪਤ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਬਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ, ਸੰਪਰਕ ਕਰੋ ਬਾਬਾ ਯਾਮੀਨ ਬੰਗਾਲੀ, 96435-0321।